ਸਾਨੂੰ ਸਿਹਤਮੰਦ ਰਹਿਣ ਲਈ ਹੈਲਥੀ ਫੂਡ ਤੋਂ ਇਲਾਵਾ ਐਕਸਰਸਾਈਜ਼ ਵੀ ਕਰਨੀ ਚਾਹੀਦੀ ਹੈ। ਸਾਡੀ ਫਿਟਨੈਸ ਫਾਰ ਲਾਈਫ ਸੈਗਮੈਂਟ ਵਿੱਚ ਬੈਂਦੀ ਮੈਕਰਕ ਹਰ ਵਾਰ ਸਾਨੂੰ ਕਿਸੇ ਨਾ ਕਿਸੇ ਨਵੀਂ ਐਕਸਰਸਾਈਜ਼ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ। ਇਸ ਵਾਰ ਉਹ ਸਾਨੂੰ ਸਟੈਪ ਅਪਸ ਬਾਰੇ ਜਾਣਕਾਰੀ ਦੇਣਗੇ। ਅੱਜ ਦੇ ਫਿਟਨੈਸ ਫਾਰ ਲਾਈਫ ਦੇ ਸੈਗਮੈਂਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੇਰਾ ਨਾਮ ਹੈਗਾ ਬਿੰਦੀ ਅਤੇ ਅੱਜ ਆਪਾਂ ਇੱਕ ਹੋਰ ਲੱਤਾਂ ਦੀ ਐਕਸਰਸਾਈਜ਼ ਦੇਖਾਂਗੇ। ਇਹ ਜਿਹੜੀ ਐਕਸਰਸਾਈਜ਼ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ, ਇਹਨੂੰ ਆਪਾਂ ਸਟੈਪ ਅਪਸ ਬੋਲਦੇ ਹਾਂ। ਸਟੈਪ ਅਪਸ ਬੈਂਚ ਦੇ ਉੱਤੇ ਕੀਤੀਆਂ ਜਾ ਸਕਦੀਆਂ, ਕਿਸੇ ਵੀ ਹਾਈਟ ਦਾ ਬੈਂਚ ਹੋ ਸਕਦਾ ਆ, ਚਾਹੇ ਤੁਸੀਂ ਘਰੇ ਕੋਈ ਨੀਵਾਂ ਬੈਂਚ ਆ ਤੁਹਾਡੇ ਕੋਲ, ਜਾਂ ਜੇ ਤੁਸੀਂ ਜਿਮ ਦੇ ਵਿੱਚ ਜਿਹੜੇ ਸਟੈਪ ਬੋਰਡਸ ਹੁੰਦੇ ਨੇ ਫਿਟਨੈਸ ਕਲਾਸਾਂ ਦੇ ਵਾਸਤੇ, ਉਹਨੂੰ ਤੁਸੀਂ ਵਰਤ ਸਕਦੇ ਹਾਂ, ਜਾਂ ਆਮ ਜਿਹੜਾ ਐਕਸਰਸਾਈਜ਼ ਬੈਂਚ ਜਿਮ 'ਚ ਹੁੰਦਾ ਆ, ਤੁਸੀਂ ਇਸ ਤਰ੍ਹਾਂ ਦੀ ਐਕਸਰਸਾਈਜ਼ ਕਿਤੇ ਵੀ ਕਰ ਸਕਦੇ ਹਾਂ ਜਿੱਥੇ ਵੀ ਤੁਹਾਡੇ ਕੋਲ ਸਿਕਿਓਰ ਬੈਂਚ ਹੈਗਾ ਆ। ਸੋ ਸਟੈਪ ਅਪਸ ਦੇ ਵਾਸਤੇ ਤੁਸੀਂ ਇਕੱਲੀ ਆਪਣੀ ਬਾਡੀ ਨੂੰ ਯੂਜ਼ ਕਰਦੇ ਹੋਏ ਹਾਂ ਸਟੈਪ ਅਪ ਕਰ ਸਕਦੇ ਹਾਂ, ਜੋ ਹੈਗਾ ਬਿਗੇਨਰ ਲੈਵਲ। ਅਤੇ ਫਿਰ ਤੁਸੀਂ ਭਾਰ ਵੀ ਚੁੱਕ ਸਕਦੇ ਹਾਂ ਹੱਥਾਂ ਦੇ ਵਿੱਚ ਡੰਬਲਸ ਨੂੰ ਫੜ ਕੇ, ਇੰਟਰਮੀਡੀਏਟ ਕਹਿ ਲਓ ਇਸ ਨੂੰ। ਅਤੇ ਥੋੜ੍ਹਾ ਜਿਹਾ ਹੋਰ ਐਡਵਾਂਸ ਕਰਨ ਲਈ ਤੁਸੀਂ ਭਾਰ ਚੁੱਕਦੇ ਹੋਏ ਹਾਂ ਆਪਣੇ ਲੱਤਾਂ ਨੂੰ ਡਿਫਰੈਂਟ ਢੰਗ ਦੇ ਨਾਲ ਯੂਜ਼ ਕਰ ਸਕਦੇ ਹਾਂ। ਇਕੱਲੇ ਸਟੈਪ ਅਪ ਕਰਨ ਦੇ ਬਜਾਏ ਤੁਸੀਂ ਆਪਣੇ ਇੱਕ ਗੋਡੇ ਨੂੰ ਵੀ ਉੱਤੇ ਨੂੰ ਚੁੱਕ ਸਕਦੇ ਹਾਂ ਤਾਂ ਕਿ ਥੋੜ੍ਹੀ ਜਿਹੀ ਹੋਰ ਐਡਵਾਂਸਮੈਂਟ ਹੋ ਜਾਵੇ। ਸਟੈਪ ਅਪਸ ਅਗੇਨ ਆਪਣੀਆਂ ਲੱਤਾਂ ਦੇ ਵਾਸਤੇ, ਆਪਣੇ ਕੁਆਡਰਸੈਪ ਮਸਲਸ ਨੂੰ ਵਰਕਆਊਟ ਕਰਦੀਆਂ ਆ, ਹੈਮਸਟ੍ਰਿੰਗਸ ਨੂੰ ਵੀ ਅਤੇ ਗਲੂਟਸ ਨੂੰ ਵੀ, ਪੂਰੀ ਲੱਤ ਦੀ ਐਕਸਰਸਾਈਜ਼ ਇਹ ਕਰਦੀਆਂ ਹੈਗੀਆਂ ਨੇ। ਸੋ ਜਦੋਂ ਸਟੈਪ ਅਪਸ ਤੁਸੀਂ ਕਰਨੀਆਂ ਆ ਤਾਂ ਪਹਿਲਾਂ ਇੱਕ ਪੈਰ ਦੇ ਨਾਲ ਲਗਾਤਾਰ 10 ਜਾਂ 12 ਰੈਪੀਟੇਸ਼ਨਸ ਕਰ ਲਏ, ਫਿਰ ਉਸ ਪੈਰ ਨੂੰ ਬਦਲ ਕੇ ਦੂਸਰੇ ਪੈਰ ਦੇ ਨਾਲ ਸਟੈਪ ਅਪਸ ਸ਼ੁਰੂ ਕਰੋ ਅਤੇ 10 ਜਾਂ 12 ਰੈਪੀਟੇਸ਼ਨਸ ਉਧਰਲੀ ਸਾਈਡ 'ਤੇ ਕਰ ਲਓ। ਇਸੀ ਤਰ੍ਹਾਂ 3 ਜਾਂ 4 ਸੈੱਟ ਕਾਫੀ ਹੈਗੇ ਨੇ। ਸੋ ਇਹ ਸੀਗੀ ਸਟੈਪ ਅਪਸ ਦੀ ਐਕਸਰਸਾਈਜ਼। ਅਗੇਨ ਤੁਸੀਂ ਉਹ ਲੈਵਲ ਕਰੋ ਜਿਹੜਾ ਤੁਹਾਨੂੰ ਠੀਕ ਬਹਿੰਦਾ ਆ। ਅਗਲੇ ਹਫ਼ਤੇ ਆਪਾਂ ਫਿਰ ਇੱਕ ਹੋਰ ਨਵੀਂ ਐਕਸਰਸਾਈਜ਼ ਦੇਖਾਂਗੇ। ਉਦੋਂ ਤੱਕ ਕੀ ਲਈਏ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਹੈਲਥ। ਪੰਜਾਬੀ ਸਪੋਰਟਸ ਦਾ ਸਾਡਾ ਅੱਜ ਦਾ ਸਫ਼ਰ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਸਾਨੂੰ punjabisports.com, ਫੇਸਬੁੱਕ ਅਤੇ ਯੂਟਿਊਬ 'ਤੇ ਜਾ ਕੇ ਫੋਲੋ ਕਰ ਸਕਦੇ ਹੋ। ਕੋਈ ਫੀਡਬੈਕ ਦੇਣੀ ਹੋਵੇ ਤਾਂ ਸਾਨੂੰ ਫੋਨ ਜਾਂ ਈਮੇਲ ਵੀ ਕਰ ਸਕਦੇ ਹੋ। I'll leave you in a last note that healthy mind and healthy body makes our life a success. I'm your host, Puneet, with more sports updates. I will see you next week.